ਰਾਤ 2 ਵਜੇ ਘੁਸਪੈਠ ਪਾਕਿਸਤਾਨ ਵੱਲੋਂ ਹੋਈ, ਫਾਇਰਿੰਗ ਹੋਈ, ਉਹਨਾਂ ਨੇ ਆ ਕੇ ਸੰਤਰੀਆਂ 'ਤੇ ਫਾਇਰਿੰਗ ਕੀਤੀ ਅਤੇ ਬਲਜਿੰਦਰ ਸਿੰਘ ਉਸ ਸਮੇਂ ਔਨ ਡਿਊਟੀ ਖੜ੍ਹੇ ਸੀ। ਅਤੇ ਉਹਨਾਂ ਇੱਕ ਘੁਸਪੈਠੀਏ ਨੇ ਜਿੱਦਾਂ ਪੱਥਰ ਦੇ ਨਜ਼ਦੀਕ, ਜਿਹੜਾ ਮੋਰਚੇ ਦੇ ਲਾਗੇ ਪੱਥਰ ਸੀ, ਉਹ ਪੱਥਰ ਦੀ ਆੜ ਲੈ ਕੇ ਨਜ਼ਦੀਕ ਹੋ ਕੇ ਬਲਜਿੰਦਰ ਸਿੰਘ 'ਤੇ ਫਾਇਰ ਕੀਤਾ। ਅਹਿਸਾਸ ਰਫਤ ਸੋਕਰ ਦਾ ਕਿਸ ਤਰ੍ਹਾਂ ਸਾਰਾ ਇਹ ਘਟਨਾ ਹੋਇਆ ਸੀ ਕਾਰਗਿਲ ਦੌਰਾਨ? ਬਲਜਿੰਦਰ ਸਿੰਘ, ਮੇਰਾ 2 ਬੇਟੇ, ਛੋਟਾ ਬੇਟਾ ਹੈ ਅਤੇ ਜਿਨ੍ਹਾਂ ਨੂੰ ਮੈਂ 98 'ਚ ਭਰਤੀ ਕਰਾਇਆ ਸੈਂਟਰ ਦੇ ਵਿੱਚ। ਮੈਂ ਖੁਦ ਵੀ ਐਕਸ ਆਰਮੀ ਸੁਬਦਰ ਮੇਜਰ ਓਨਰੀ ਕੈਪਟਨ ਪੈਨਸ਼ਨ ਆਇਆ ਹਾਂ ਅਤੇ ਉਸ ਤੋਂ ਬਾਅਦ 98 ਤੋਂ ਬਾਅਦ 1 ਸਾਲ ਟ੍ਰੇਨ ਕਰਨ ਦੇ ਦੌਰਾਨ, ਫਿਰ ਉਸ ਤੋਂ ਬਾਅਦ 17 ਸਿੱਖ ਰੈਜੀਮੈਂਟ ਜਿਹਨੂੰ ਕਿ ਟਾਈਗਰ ਬਟਾਲੀਅਨ ਕਿਹਾ ਜਾਂਦਾ ਹੈ, ਉਹ ਜੰਮੂ ਕਸ਼ਮੀਰ ਦੇ ਵਿੱਚ ਤੈਨਾਤ ਸੀ ਅਤੇ ਉਹਦੇ ਵਿੱਚ ਉਹਦੀ ਪੋਸਟਿੰਗ ਹੋ ਗਈ ਅਤੇ 14 ਅਪ੍ਰੈਲ 2000 ਨੂੰ ਰਾਤ 2 ਵਜੇ ਘੁਸਪੈਠ ਪਾਕਿਸਤਾਨ ਵੱਲੋਂ ਹੋਈ, ਫਾਇਰਿੰਗ ਹੋਈ, ਉਹਨਾਂ ਨੇ ਆ ਕੇ ਸੰਤਰੀਆਂ 'ਤੇ ਫਾਇਰਿੰਗ ਕੀਤੀ ਅਤੇ ਬਲਜਿੰਦਰ ਸਿੰਘ ਉਸ ਸਮੇਂ ਔਨ ਡਿਊਟੀ ਖੜ੍ਹੇ ਸੀ, ਜਿਨ੍ਹਾਂ ਨੇ ਨਾਲ ਦੇ ਸੰਤਰੀ ਨੂੰ ਵੀ ਚੈਲੰਜ ਕੀਤੀ ਕਿ ਇੱਧਰ ਘੁਸਪੈਠ ਆ ਗਈ ਹੈ ਅਤੇ ਇੱਧਰ ਹਰਕਤ ਹੋ ਰਹੀ ਹੈ ਅਤੇ ਦੋਹਾਂ ਸੰਤਰੀਆਂ ਨੇ ਮਿਲ ਕੇ ਕਰੋਸਿੰਗ ਫਾਇਰ ਕੀਤੀ ਉਹਨਾਂ ਉੱਤੇ। ਅਤੇ ਉਹਨਾਂ ਨੇ ਇੱਕ ਘੁਸਪੈਠੀਏ ਨੇ ਜਿੱਦਾਂ ਪੱਥਰ ਦੇ ਨਜ਼ਦੀਕ, ਜਿਹੜਾ ਮੋਰਚੇ ਦੇ ਲਾਗੇ ਪੱਥਰ ਸੀ, ਉਹ ਪੱਥਰ ਦੀ ਆੜ ਲੈ ਕੇ ਨਜ਼ਦੀਕ ਹੋ ਕੇ ਬਲਜਿੰਦਰ ਸਿੰਘ 'ਤੇ ਫਾਇਰ ਕੀਤਾ। ਅਹਿਸਾਸ ਰਫਲ ਦਾ ਜਿਹੜਾ ਕਿ ਉਹਨਾਂ ਦੀ ਖੱਬੇ ਪਾਸੇ ਪੁੱਟਪੁੜੀ ਦੇ ਵਿੱਚ ਲੱਗਿਆ ਅਤੇ ਉਸ ਤੋਂ ਬਾਅਦ ਉਹ 20 ਮਿੰਟ ਤੱਕ ਹੀ ਜੀਂਦੇ ਰਹੇ ਮਾਰ ਅਤੇ ਉਹ ਸ਼ਹੀਦ ਹੋ ਗਏ ਅਤੇ ਪੋਸਟ ਨੂੰ ਪੂਰਾ ਅਲਾਟ ਕਰਤਾ ਉਹਨੇ ਅਤੇ ਪੋਸਟ ਨੂੰ ਮਤਲਬ ਕਿ ਬਰਬਾਦ ਹੋਣੇ ਤੋਂ ਬਚਾ ਲਿਆ ਹੈ। ਅਤੇ ਲੁੱਟਣ ਆਇਆ ਸੀ ਆਤੰਕਵਾਦੀ, ਆਤੰਕਵਾਦੀ ਜਿਹੜੇ ਆ ਉਹ ਆਮ ਤੌਰ 'ਤੇ ਉਹਨਾਂ ਦਾ ਮੇਨ ਇਹੀ ਹੁੰਦਾ ਹੈ ਕਿ ਹਥਿਆਰ ਲੁੱਟਣੇ ਹੈ। ਅਹਿਸਾਸ ਜਿਹੜੀ ਰਫਲ ਹੈ ਉਹ ਬੜੀ ਉਹਦੀ ਘੱਟ ਆਵਾਜ਼ ਆਉਂਦੀ ਹੈ, ਉਹਦੇ ਨਾਲ ਫਾਇਰ ਕਰਦੇ ਨਜ਼ਦੀਕ ਹੋ ਕੇ ਸੰਤਰੀਆਂ 'ਤੇ, ਸੰਤਰੀਆਂ ਨੂੰ ਸਾਈਲੈਂਟ ਕਰਕੇ, ਫਿਰ ਜਿਹੜੇ ਸੁੱਤੇ ਹੋਏ ਜਵਾਨ ਹੁੰਦੇ ਹਨ ਅਤੇ ਉਹਨਾਂ ਨੂੰ ਇੰਨਾ ਨਹੀਂ ਖਬਰ ਹੁੰਦੀ, ਉਹ ਮੋਰਚਿਆਂ ਵਿੱਚ ਵੜ ਕੇ, ਬੈਂਕਰਾਂ 'ਚ ਵੜ ਕੇ ਫਿਰ ਹਥਿਆਰ ਸਾਰੇ ਲੁੱਟ ਲੈ ਜਾਂਦੇ ਉਹਨਾਂ ਨੂੰ ਮਾਰ ਕੇ। ਕਿੰਨੀ ਕੁ ਉਮਰ 'ਚ ਬਲਜਿੰਦਰ ਫੌਜ ਵਿੱਚ ਗਿਆ ਸੀ? ਬਲਜਿੰਦਰ ਸਿੰਘ ਜਿਹੜਾ ਉਹ 16 ਸਾਲ 7 ਮਹੀਨੇ ਦਾ ਸੀ ਉਸ ਸਮੇਂ ਭਰਤੀ ਹੋਇਆ ਜੀ, ਸਿੱਖ ਰੈਜੀਮੈਂਟ 'ਚ, ਸਿੱਖ ਰੈਜੀਮੈਂਟ ਦੇ ਭਰਤੀ ਹੋਇਆ ਸੀ। ਜਦ ਸ਼ਹੀਦ ਹੋਇਆ ਫਿਰ ਉਸ ਸਮੇਂ ਉਮਰ ਕਿੰਨੀ ਸੀ ਜੀ? ਉਸ ਸਮੇਂ ਉਹਦੀ ਉਮਰ ਸਾਰੀ 18 ਸਾਲ 10 ਮਹੀਨੇ ਦੇ ਲਗਭਗ ਸੀ। ਸ਼ਹੀਦ ਜਿਸਨੇ ਘਟਨਾ ਘਟਿਆ ਸੀ, ਜਿਸਨੇ ਆਤੰਕਵਾਦੀ ਨੇ ਅੰਜਾਮ ਦਿੱਤਾ ਸੀ ਇਸ ਘਟਨਾ ਨੂੰ, ਵਜੋਂ ਸ਼ਹੀਦ ਹੋ ਗਿਆ, ਉਹ ਕਿਹੜੀ ਤਰੀਕ ਸੀ? 14 ਅਪ੍ਰੈਲ 2000। ਉਸ ਤੋਂ ਬਾਅਦ ਸਰਕਾਰ ਵੱਲੋਂ ਕੀ ਤੁਹਾਨੂੰ ਸਹਾਇਤਾ ਮਿਲਿਆ ਕੁਛ? ਸਰਕਾਰ ਨੇ ਔਫਰ ਦਿੱਤੀ ਸੀ ਕਿ ਗੈਸ ਏਜੰਸੀ, ਪੈਟਰੋਲ ਪੰਪ ਜਾਂ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਵਿਸ। ਫਿਰ ਘਰ ਦੇ ਵਿੱਚ 2 ਸਾਡੇ ਬੱਚੇ ਸਨ, ਵੱਡੇ ਦਾ ਨਾਂ ਹਰਵਿੰਦਰ ਸਿੰਘ ਸੀ, ਇਹ ਵੀ ਆਰਮੀ ਸੀਗਾ, ਇਹਨਾਂ ਨੂੰ ਅਸੀਂ ਫਿਰ ਡਿਸਚਾਰਜ ਕਰਾਇਆ ਕਿਉਂਕਿ ਇਹਨਾਂ ਦੀ ਮਾਤਾ ਦੀ ਹਾਲਤ ਜਿਹੜੀ ਜ਼ਿਆਦਾ ਖਰਾਬ ਹੋ ਗਈ ਅਤੇ ਇਸ ਕਰਕੇ ਇਹਨਾਂ ਨੂੰ ਸਰਵਿਸ ਦਿੱਤੀ ਗਈ। ਉਹ ਸੀਨੀਅਰ 2 ਦੀ ਸਰਵਿਸ ਜਿਹੜੀ ਹੈ ਆਪਣੇ ਡਿਸਟ੍ਰਿਕਟ ਦੇ ਵਿੱਚ ਲੱਗਿਆ ਹੋਇਆ, ਇਸ ਸਮੇਂ ਗ੍ਰੇਡ 2 ਸੁਪਰਡੈਂਟ ਹਨ। ਅਤੇ ਬਲਜਿੰਦਰ ਸਿੰਘ ਦੀ ਜਿਹੜੀ ਪੈਨਸ਼ਨ ਸੀ
ਉਹਨਾਂ ਦੀ ਮਾਤਾ ਨੂੰ ਲੱਗੀ ਅਤੇ ਉਹਦਾ ਜਿੰਨਾ ਵੀ ਬੈਨੀਫਿਟ ਸੀ ਉਹ ਸਾਰਾ ਬੈਨੀਫਿਟ ਜਿੰਨਾ ਸੀਗਾ ਉਹ ਗ੍ਰੈਜੂਟੀ ਵਗੈਰਾ ਉਹ ਸਾਰੀ ਉਹਨਾਂ ਦੀ ਮਾਤਾ ਦੇ ਨਾਂ 'ਤੇ ਆਈ ਹੈਗੀ। ਜਦੋਂ ਅਸੀਂ ਪਿੰਡ ਆ ਰਹੇ ਸੀ, ਪਿੰਡ 'ਚ ਲਾਇਬ੍ਰੇਰੀ ਵੀ ਉਸਦੇ ਨਾਮ 'ਤੇ ਬਣਿਆ ਹੈ, ਇੱਕ ਸਕੂਲ ਵੀ ਉਸਦੇ ਨਾਮ 'ਤੇ ਹੈ, ਸਟੇਡੀਅਮ ਬਣੀ ਹੋਈ ਹੈ। ਹਾਂਜੀ, ਇਹ ਵੀ ਸਰਕਾਰ ਵੱਲੋਂ ਕੀਤਾ ਜੀ ਪਿੰਡ ਦੇ ਵਿੱਚ। ਹਾਂਜੀ, ਉਸ ਸਮੇਂ ਕੈਬਨਿਟ ਮੰਤਰੀ ਅਜੀਤ ਸਿੰਘ ਜਿਹੜੇ ਕਿ ਅਕਾਲੀ ਦਲ ਦੇ ਸਨ ਉਹ ਉਹਨਾਂ ਦੇ ਭੋਗ ਦੇ ਉੱਤੇ ਆਏ ਸਨ ਅਤੇ ਉਸ ਟਾਈਮ ਦੇ ਉੱਤੇ ਅੰਤਿਮ ਅਰਦਾਸ ਦੇ ਉੱਤੇ ਉਹਨਾਂ ਨੇ ਸਕੂਲ ਅਤੇ ਲਾਇਬ੍ਰੇਰੀ ਅਤੇ ਰੋਡ ਦਾ ਨਾਂ ਜਿਹੜਾ ਸੀਗਾ ਉਹ ਕਿਹਾ ਸੀ। ਉਸ ਤੋਂ ਬਾਅਦ ਪਿੰਡ ਵਾਸੀਆਂ ਦੀ ਜਿਹੜੀ ਰਿਕੁਆਇਰਮੈਂਟ ਸੀਗੀ ਉਹ ਇਹੀ ਸੀ ਕਿ ਸਾਡੇ ਪਿੰਡ ਸਟੇਡੀਅਮ ਬਣਨਾ ਚਾਹੀਦਾ ਉਹਦੇ ਨਾਂ 'ਤੇ, ਅਤੇ ਉਹਨਾਂ ਨੇ ਫਿਰ ਚੌਥਾ ਸਟੇਡੀਅਮ ਦਾ ਨਾਮ ਵੀ ਐਲਾਨ ਦਿੱਤਾ। ਜ਼ਮੀਨ ਜਿਹੜੀ ਉਹ ਇਕੱਠੀ ਨਹੀਂ ਸੀਗੀ, ਉਹ ਇਕੱਠੀ ਕਰਦੇ ਸਾਨੂੰ ਸਮਾਂ ਲੱਗ ਗਿਆ। ਉਸ ਤੋਂ ਬਾਅਦ ਫਿਰ ਜਦੋਂ ਜ਼ਮੀਨ ਇਕੱਠੀ ਹੋਈ ਤਾਂ ਫਿਰ ਉਹਦੇ ਨਾਂ ਦੇ ਉੱਤੇ ਸਟੇਡੀਅਮ ਦਾ ਨਾਮ ਵੀ ਲੈ। ਸਭ ਤੋਂ ਕਮ ਉਮਰ ਦਾ ਨੌਜਵਾਨ ਸੀਗਾ ਬਲਜਿੰਦਰ, ਇਸ ਤੋਂ ਬਾਅਦ ਹੋਰ ਵੀ ਜਵਾਨ ਕਈ ਮਰ ਕੇ ਇਸ ਤਰ੍ਹਾਂ ਇਸ ਜੰਗ ਦੇ ਵਿੱਚ ਹੋਣਗੇ, ਲੇਕਿਨ ਇਹ ਫਿਰ ਵੀ ਕਾਫੀ ਦੇਖਿਆ ਜਾਵੇ ਤਾਂ ਕਾਫੀ ਜੰਗ ਉਮਰ ਦੇ ਵਿੱਚ ਇਹ ਸ਼ਹੀਦ ਹੋਏ। ਜ਼ਿਲ੍ਹੇ 'ਚ ਸਭ ਤੋਂ ਕਮ ਉਮਰ ਦਾ ਸੀਗਾ, ਘੱਟ ਹੋਣ ਦੇ। ਹਾਂਜੀ, ਸ਼ਹੀਦ ਦਿਵਸ ਮਨਾਇਆ ਜਾ ਰਿਹਾ ਕਾਰਗਿਲ ਦਾ ਪੂਰੇ ਦੇਸ਼ 'ਚ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਵੀ ਇੱਕ ਫੌਜ ਰਹੇ ਹੋ, ਜਿਹੜਾ ਦੇਸ਼ ਦਾ ਕੌਮ ਦਾ ਜਜ਼ਬਾ ਸੀਗਾ ਉਹ ਤੁਹਾਡੇ ਦਿਲ 'ਚ ਸੀਗਾ, ਤਾਂ ਤੁਸੀਂ ਦੋ ਆਪਣੇ ਨੌਜਵਾਨਾਂ ਨੂੰ, ਲੜਕੇ ਨੂੰ ਤੁਸੀਂ ਫੌਜ ਭਰਤੀ ਕੀਤਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਸ ਇਹੀ ਕਹਿਣਾ ਚਾਹੁੰਦੇ ਜੇ ਜਿਹੜੇ ਸ਼ਹੀਦਾਂ ਦੇ ਵਾਰਸ ਨੇ ਉਹਨਾਂ ਦੀ ਠੀਕ ਦੇਖ ਰੇਖ ਜੋ ਵੀ ਉਹਨਾਂ ਦੀ ਸਹੂਲਤ ਬਣਦੀ ਆ ਉਹ ਦਿੱਤੀ ਜਾਵੇ ਔਰ ਹਰ ਸਾਲ ਜਿਹੜਾ ਉਹਨਾਂ ਦਾ ਦਿਨ ਮਨਾਇਆ ਜਾਵੇ ਤਾਂ ਕਿ ਜਿਹੜੇ ਸਾਡੇ ਨਵੇਂ ਪਨੀਰੀ ਨਵੇਂ ਬੱਚੇ ਹਨ ਉਹਨਾਂ ਨੂੰ ਇਹ ਯਾਦ ਰਹੇ, ਤਾਂ ਕਿ ਜਿਹੜੇ ਸਾਡੇ ਦੇਸ਼ ਦੇ ਨੌਜਵਾਨ ਨੇ ਉਹ ਅੱਗੇ ਤੋਂ ਹੋਰ ਭਰਤੀ ਹੋ ਸਕਣ, ਉਹਨਾਂ ਨੂੰ ਉਤਸ਼ਾਹ ਮਿਲੇ।